ਮੈਂ ਹੁਣ ਲੋਕਾਂ ਦੀ ਜੇ ਲੋਕਾਂ ਦਾ ਰਾਜ ਸਥਾਪਿਤ ਕਰਨਾ ਲੋਕਾਂ ਨੂੰ ਹੀ ਦੇਣਾ ਲੋਕਾਂ ਤੋਂ ਹੀ ਚਲਾਉਣਾ ਤਾਂ ਫਿਰ ਲੋਕਾਂ ਨਾਲ ਹੀ ਗੱਲ ਕਰੂੰਗਾ। ਦੇਖ ਲਿਆ ਜਾਂ ਤਾਂ ਕੋਈ ਮੈਨੂੰ ਕਹੇ ਵੀ ਮੈਂ ਭਗਵੰਤ ਕੋਲ ਗਿਆ ਨਹੀਂ ਸੀ ਛੋਟੇ ਭਾਈ ਕੋਲ ਕਾਗਜ਼ ਲੈ ਕੇ ਵਿਨਮਰ ਬੇਨਤੀ ਕਰਕੇ ਭਾਈ ਤੂੰ ਸੁਪਨੇ ਪੂਰੇ ਕਰ ਅਸੀਂ ਸੁਪਨੇ ਟੁੱਟਣ ਨਹੀਂ ਦੇਣੇ ਉਦੋਂ ਕਿਹੜਾ ਮੇਰੇ ਕੋਲ ਅਹੁਦਾ ਸੀ ਹੁਣ ਪੰਜ ਦਸ ਸਵਾਲਾਂ ਤੋਂ। ਇਸੇ ਤਰ੍ਹਾਂ ਜੇ ਅਕਾਲੀ ਦਲ ਭਾਜਪਾ ਕਾਂਗਰਸ ਅਤੇ ਹੁਣ ਇਹ ਜੇ ਇਹਨਾਂ ਨੇ ਲੁੱਟਿਆ ਨਹੀਂ ਤਾਂ ਫਿਰ ਪੰਜਾਬ ਕਾਂਗਲਾ ਕਿਵੇਂ ਹੋ ਗਿਆ ਭਾਈ ਮੈਨੂੰ ਕੋਈ ਸਮਝਾ ਦੇ। ਜੇ ਲੁੱਟਿਆ ਨਹੀਂ ਜੇ ਪਬਲਿਕ ਦੇ ਰਿਸੋਰਸ ਖਾਧੇ ਨਹੀਂ ਤੇ ਫਿਰ ਇਹ ਪੰਜਾਬ ਦੀ ਇੰਨੀ ਦੁਰਗਤੀ ਕਿਵੇਂ ਹੋਊਗੀ ਵੀ ਜਵਾਕ ਜੰਮਦਾ 1,20,000 ਕਰੋੜ ਰੁਪਏ ਦਾ ਕਰਜ਼ਾ ਉਸ ਇਹ ਹੈਰਾਨਗੀ ਦੀ ਗੱਲ ਹੈ। ਅੱਜ ਇੱਕ ਵਰਤਾਂਤ ਲੋਕਾਂ ਦੀ ਸਮਝ ਆਉਣ ਵਾਲੀ ਅੱਜ ਮੈਂ ਸਵੇਰੇ ਜਦੋਂ ਖਾਣ ਦੇ ਟੇਬਲ 'ਤੇ ਬੈਠਿਆ ਅਤੇ ਸਰਦਾਰ ਨਾਰਾਇਣ ਸਿੰਘ ਮੈਨੂੰ ਕਹਿੰਦਾ ਕਹਿੰਦਾ ਜੀ ਮੈਂ ਪੂਰਾ ਖਾਕਾ ਕੱਢਿਆ ਵੀ 600 ਦਿਨਾਂ ਦੀ ਸਰਕਾਰ ਹੋਈ ਕਿੰਨੇ ਕਿੰਨੇ ਦਿਨਾਂ ਦੀ ਹੋਈ ਹੈ 600 ਦਿਨਾਂ ਦੀ 630 ਹਿਸਾਬ ਕਰੀ ਬੈਠਾ ਪੂਰਾ ਮੈਨੂੰ ਕੱਲ੍ਹ ਜੀ 630 ਦਿਨਾਂ ਦੀ ਸਰਕਾਰ ਹੈ ਕਹਿੰਦਾ ਹਰ ਰੋਜ਼ 80 ਕਰੋੜ ਰੁਪਇਆ ਲੈ ਕੇ ਚੱਲ ਰਹੀ ਕਿਉਂ ਠੀਕ ਹੈ ਜੇ ਕਰਜ਼ਿਆਂ 'ਤੇ ਸਰਕਾਰ ਚਲਾਉਣੀ ਸੀ ਕਹਿਣਾ ਸੀ ਫਿਰ ਭਾਈ ਤੁਸੀਂ ਤਾਂ ਕਹਿੰਦੇ 54,000 ਕਰੋੜ ਰੁਪਇਆ ਪਹਿਲੇ ਮਹੀਨੇ ਦੇ ਦਿਆਂਗੇ 30-35 ਅਸੀਂ ਬਜਟ 'ਚੋਂ ਕੱਢ ਲਿਆਂਗੇ ਚੋਰੀ 20 ਰੇਤੇ 'ਚੋਂ ਹਾਂਜੀ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਰਿਹਾ ਘਰ ਘਰ ਨੌਕਰੀ ਸੁਣੀ ਜਾਈ ਘਰ ਘਰ ਨੌਕਰੀ ਕਰਜ਼ੇ ਚਾਹੇ ਸੁਸਾਇਟੀਆਂ ਦੇ ਹੋਣ ਚਾਹੇ ਆੜਤੀਆਂ ਦੇ ਹੋਣ ਚਾਹੇ ਬੈਂਕਾਂ ਦੇ ਹੋਣ ਤਿੰਨੋ ਹੀ ਮਾਫ ਤੌੜੀਆਂ ਤੜਾ ਤੜ ਤੜ ਤੜਾ ਤੜ ਤੜਾ ਤੜ ਤੜ ਗੁਰੂਆਂ ਦੀ ਬੋਲੀ ਲਾਤੀ ਕਈਆਂ ਨੇ ਅੰਗ ਖਿਲਾਰਤੇ ਵੋਟਾਂ ਦੇ ਧਰੁਵੀਕਰਨ ਖਾਤਰ ਤੇ ਕਈਆਂ ਨੇ ਗੁਟਕਾ ਸਾਹਿਬ ਨੂੰ ਚੁੱਕ ਕੇ ਸੌਹਾਂ ਖਾਧੀਆਂ ਉਹ ਕੀ ਸੀ ਕੁਛ ਪੂਰਾ ਹੋਇਆ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਜਦੋਂ ਤੁਹਾਡੇ ਕੋਲ ਦਾਣੇ ਹੀ ਨਹੀਂ ਵੰਡੋਗੇ ਕਿੱਥੋਂ ਕਿਹਾ ਸੀ 1,00,000 ਕਰੋੜ ਰੁਪਏ ਦਾ ਕਰਜ਼ਾ ਮਾਫ ਕਰ ਦੂੰ ਹਾਂਜੀ ਅਤੇ 2-2 ਲੱਖ ਹਰੇਕ ਦਾ ਹੋਊ ਫਿਰ ਉਹਨੂੰ ਬਦਲਤਾ IAS ਅਫਸਰ ਵੀ ਘੁਮਾ ਦਿੰਦੇ ਹੋਇਆ ਮਾਫ 5,000 ਅਤੇ ਕਿਹਾ ਸੀ 1,00,000 ਉਹ ਜਿੰਨਾ ਮਾਫ ਕੀਤਾ ਉਹਦੇ ਨਾਲ ਡਬਲ ਸੂਦ ਸਮੇਤ ਹੋਰ ਚੜ ਗਿਆ 90 ਦਾ ਸੀ 1-1 10 ਤੇ ਆ ਗਿਆ ਇਹ ਕਿਉਂ ਪੂਰਾ ਨਹੀਂ ਹੁੰਦਾ ਭਾਈ ਇਹ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਕਿਉਂ ਨਹੀਂ ਪੂਰਾ ਹੁੰਦਾ ਹੈ ਕਿਉਂਕਿ ਨੀਤੀ ਦੀ ਰਾਜਨੀਤੀ ਹੈ ਰਾਜਨੀਤੀ ਕੀ ਹੈ ਵੀ ਜਦੋਂ ਤੁਸੀਂ ਝੂਠ ਵੇਚਣਾ ਬੰਦ ਕਰ ਦਿੰਦੇ ਹੋ ਔਰ ਤੁਸੀਂ ਬਜਟ ਦੇ ਵਿੱਚ ਕਹਿੰਦੇ ਹੋ ਵੀ ਆਹ ਪਾਲਿਸੀਆਂ ਲਿਆ ਰਹੀਆਂ ਸੀ ਆਹ ਪਾਲਿਸੀ ਅਤੇ ਫਿਰ ਉਹ ਇਕੱਲੀ ਤੁਹਾਡੀ ਪਾਰਟੀ ਜਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਨਹੀਂ ਹੈ ਉਹ ਸਾਰੇ ਪੰਜਾਬ ਦੇ ਲਈ
ਉਹਨੇ ਸਾਰਿਆਂ ਦਾ ਭਲਾ ਕਰਨਾ। ਇਹ ਨੀਤੀਗਤ ਰਾਜਨੀਤੀ, ਨਾ ਨੀਅਤ, ਨਾ ਨੀਤੀ, ਨਾ ਨਿਆਂ। ਅੱਜ ਰਾਹੁਲ ਜੀ ਦੇਸ਼ 'ਚ ਭਟਕ ਰਹੇ ਸਰ, ਗਲੀ ਗਲੀ ਫਿਰ ਰਿਹਾ ਵਿਚਾਰਾ। ਕਮਾਲ ਦਾ ਬੰਦਾ, ਕਿਰਦਾਰ ਵਾਲਾ ਬੰਦਾ। ਕਿਉਂ? ਕਿਉਂਕਿ ਨਾ ਨਿਆਂ ਨਾਮ ਦੀ, ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਹੀ ਹੈ ਨਹੀਂ ਕੋਈ। ਅੱਜ ਤੁਸੀਂ ਪੰਜਾਬ 'ਚ ਦੇਖ ਲਓ, ਬੰਦਿਆਂ ਦੀ ਲਾਈਫ ਦੀ ਵੈਲਿਊ ਨਹੀਂ, ਬੰਦਿਆਂ ਕੋਲ ਓਪਰਚੁਨਿਟੀ ਨਹੀਂ। ਮੇਰੀ ਲੜਾਈ ਵਿਚਾਰਕ ਲੜਾਈ ਹੈ। ਜੇ ਕਿਸੇ ਵਿਅਕਤੀ ਵਿਸ਼ੇਸ਼ ਨਾਲ ਹੁੰਦੀ ਤਾਂ ਫਿਰ ਮੈਂ ਵੀ ਖੇਪੜਦਾ ਰਹਿੰਦਾ। ਮੇਰੀ ਲੜਾਈ ਇੱਕ ਪ੍ਰੋਗਰਾਮ ਦੀ ਹੈ, ਨੀਤੀਆਂ ਦੀ ਹੈ, ਵੀ ਉਹ ਰਾਜ ਹੋਵੇ ਜਿਹੜਾ ਨੀਤੀਆਂ ਦਾ ਹੋਵੇ। ਹੁਣ ਤੁਸੀਂ ਦੇਖੋ, ਜਦੋਂ ਮੈਂ ਇਹ ਸਾਰੀ ਗੱਲ ਕਰਦਾ, ਕੱਲ੍ਹ ਮੈਂ NGT ਜਾ ਕੇ, ਤੁਹਾਨੂੰ ਸਾਰਿਆਂ ਨੂੰ ਪਤਾ, ਸਰਦਾਰ ਭਗਵੰਤ ਮਾਨ ਹੋਵੇ, ਕੈਪਟਨ ਅਮਰਿੰਦਰ ਸਿੰਘ ਹੋਵੇ, ਉਦੋਂ ਪਹਿਲਾਂ ਬਾਦਲ ਸਾਹਿਬ ਸੀ, ਚਲੋ ਚਲੇ ਗਏ, ਮੈਂ ਉਹਨਾਂ ਬਾਰੇ ਕਦੇ ਗਲਤ ਨਹੀਂ ਬੋਲੂ। ਇਹਨਾਂ ਦੀ ਨੀਤੀਆਂ 'ਚ ਫਰਕ ਦੱਸੋ, ਚਲੋ ਦੱਸੋ, ਇਹਨਾਂ ਤੋਂ ਪੁੱਛੋ ਕਿ ਤੁਹਾਡੀਆਂ ਨੀਤੀਆਂ 'ਚ ਫਰਕ ਹੈ। ਇੱਕ ਆ ਬਿਜਲੀ ਵਾਲੇ 500 ਯੂਨਿਟ, ਉਹ ਵੀ ਕਰਜ਼ਾ ਲੈ ਕੇ, PSPCL ਵਾਲੇ ਹਰ ਰੋਜ਼ ਮੇਰੇ ਘਰ ਦੇ ਮੂਹਰੇ ਖੜ੍ਹੇ ਹੁੰਦੇ ਆ, ਉਹ ਡਰਾ ਕੇ ਇਹਨਾਂ ਤੋਂ ਤਨਖਾਹ ਤਨਖੂਹ ਲੈ ਲੈਂਦੇ ਆ, ਤਨਖਾਹਾਂ ਦੇਣੀਆਂ ਔਖੀਆਂ ਹੋਈਆਂ। ਉਹਨਾਂ 'ਤੇ 17-18 ਹਜ਼ਾਰ ਕਰੋੜ ਦਾ ਕਰਜ਼ਾ ਸੀ, ਅੱਜ 25-30। ਜੇ ਤੁਸੀਂ ਇਹੀ ਬਿਜਲੀ PPA ਕੈਂਸਲ ਕਰਕੇ, ਜਿਹੜੀ ਤੁਸੀਂ ਕਹਿੰਦੇ ਸੀ PPA ਕੈਂਸਲ ਕਰਕੇ, ਜਿਹੜੀ ਪੰਜਾਬ ਅੱਜ 19 ਰੁਪਈਏ 18 ਰੁਪਈਏ ਨੂੰ ਬਿਜਲੀ ਖਰੀਦ ਰਿਹਾ ਮਹਿੰਗੀ, ਬਾਜ਼ਾਰ 'ਚ ਜਿਹੜੀ 3 ਰੁਪਈਏ ਨੂੰ ਮਿਲਦੀ, ਇਹਨਾਂ ਨੂੰ ਕੈਂਸਲ ਕਰਕੇ ਇਨਕਮ ਦੇ ਨਾਲ ਦਿੰਦੇ, ਮੈਨੂੰ ਕੋਈ ਆਪੱਤੀ ਨਹੀਂ ਸੀ, ਮੈਂ ਜੈ ਜੈਕਾਰ ਕਰਦਾ। ਕਹਿੰਦਾ ਸਿੱਧੂ ਸਾਹਿਬ ਕ੍ਰਿਟੀਸਾਈਜ਼ ਕਰਦੇ ਰਹਿੰਦੇ ਆ, ਉਹ ਭਾਈ ਜਦੋਂ ਤੂੰ ਗੁਰਬਾਣੀ ਦੀ ਗੱਲ ਕੀਤੀ ਤੇਰੇ ਨਾਲ ਨਹੀਂ ਖੜੇ ਹੋਏ, ਤੂੰ ਚੱਜ ਦਾ ਕੰਮ ਹੀ ਨਹੀਂ ਕੋਈ ਕਰਦਾ, ਤੂੰ ਤਾਂ 6 ਲੱਖ ਪਰ ਘੰਟੇ ਵਾਲੇ ਹਵਾਈ ਜਹਾਜ਼ 'ਚ ਬੈਠ ਕੇ ਆਪਣੇ ਆਕਿਆਂ ਨੂੰ ਸੈਰਾਂ ਸਪਾਟਿਆਂ ਨੂੰ ਲੱਗਿਆ ਹੋਇਆ, ਵੋਟਾਂ ਤੁਹਾਨੂੰ 2 ਨਹੀਂ ਪਈਆਂ। ਗੱਲਾਂ ਕਰਦਾ 13-0 ਦੀਆਂ, ਉਹ ਤੁਸੀਂ 0 ਸੀ ਲੋਕ ਸਭਾ 'ਚ, 0। ਆਹ ਕਾਂਗਰਸ ਦਾ ਆਧਾਰਾ ਮੰਗਿਆ ਇੱਕ, ਅਤੇ ਪੁਲਿਸ ਐਕਸ਼ਨ ਨਾਲ 1 ਲੋਕ ਸਭਾ 'ਚ ਲੈ ਗਏ ਤੁਸੀਂ, ਕਿੱਥੋਂ ਦੀ ਹੋ ਤੁਸੀਂ, ਨੈਸ਼ਨਲ ਪਾਰਟੀ ਹੋ। ਇਸ ਕਰਕੇ ਗੱਲਾਂ ਦੇ ਕੜਾ ਵਰਤਾਨ ਨਾਲ ਕੁਛ ਨਹੀਂ ਹੋਣਾ। ਦੇਖੋ, ਮੈਂ ਮਾਫੀਆ ਦੇ ਖਿਲਾਫ ਲੜ ਰਿਹਾ। ਮਾਫੀਆ ਕੀ ਹੈ? ਮਾਫੀਆ ਇਹੀ ਹੈ ਵੀ ਪੰਜਾਬ ਦੇ ਲੋਕਾਂ ਦਾ ਪੈਸਾ, ਲੋਕਾਂ ਦੇ ਹੱਕਾਂ ਦਾ ਪੈਸਾ। ਹੱਕ ਸੱਚ ਦੀ ਲੜਾਈ ਹੈ ਨਾ, ਬਾਬੇ ਨਾਨਕ ਦੇ ਫਲਸਫੇ ਦੀ ਲੜਾਈ ਹੈ, ਸਰਬੱਤ ਦੇ ਭਲੇ ਦੀ ਲੜਾਈ ਹੈ। ਇਹ ਸਰਬੱਤ ਦਾ ਭਲਾ ਨਹੀਂ ਕਰ ਰਿਹਾ ਜਿਹੜਾ ਇਹਨਾਂ ਦਾ ਸਿਸਟਮ ਹੈ, ਜਿਹਨੂੰ ਬਦਲਣਾ ਆ। ਇਹ ਸਿਰਫ ਨਿੱਜੀ ਲੋਕਾਂ ਦੇ ਘਰਾਂ 'ਚ ਪੈਸੇ ਭੇਜ ਰਿਹਾ। ਜਦੋਂ ਮੈਂ ਕਹਿੰਦਾ ਇਹਨਾਂ ਨੇ ਨੀਤੀ ਨਹੀਂ ਬਦਲੀ, ਜਿਹੜੇ ਸਿਸਟਮ ਨੂੰ ਬਦਲਣ ਆਏ ਸੀ ਉਹਦੇ ਸਰਗਣਾ ਬਣ ਗਏ, ਇਹਦਾ ਮਤਲਬ ਇਹ ਹੈ ਵੀ ਜਿਹੜੀ ਇਹਨਾਂ ਨੇ ਰੇਤ ਦੀ ਨੀਤੀ ਬਣਾਈ, ਉਹ 'ਚੋਂ ਰੇਤ ਮਾਫੀਆ ਪੈਦਾ। ਜਿਹੜੀ ਇਹਨਾਂ ਨੇ ਕੇਬਲ ਦੀ ਨੀਤੀ ਬਣਾਈ, ਉਹ 'ਚੋਂ ਕੇਬਲ ਮਾਫੀਆ ਪੈਦਾ। ਹਾਂਜੀ, ਜਿਹੜੀ ਇਹਨਾਂ ਨੇ ਸ਼ਰਾਬ ਦੀ ਨੀਤੀ ਬਣਾਈ, ਉਹ 'ਚੋਂ ਸ਼ਰਾਬ ਮਾਫੀਆ ਪੈਦਾ ਹੋ ਗਿਆ। ਇਹ ਕੌਣ ਚਲਾਉਂਦਾ? ਸਵਾਏ ਮੁੱਖ ਮੰਤਰੀ ਕੋਈ ਨਹੀਂ ਚਲਾ ਸਕਦਾ, ਕਿਉਂਕਿ ਦਮੀ ਹੈ। ਠੇਕੇਦਾਰੀ ਸਿਸਟਮ ਜਦ ਤੱਕ ਜਾਂਦਾ ਨਹੀਂ ਪੰਜਾਬ 'ਚੋਂ, ਠੇਕੇਦਾਰੀ ਸਿਸਟਮ ਦੇ ਪਿੱਛੇ ਖੜਾ ਹੋ ਕੇ ਤੁਣਕੇ ਮਾਰ ਕੇ ਪੋਲੀਟੀਸ਼ੀਅਨ ਪੈਸਾ ਕਮਾਉਂਦਾ, ਇਹਦਾ ਪ੍ਰਮਾਣ ਹੈ। ਤੇਲੰਗਾਨਾ ਨੇ ਜਦੋਂ ਪਹਿਲੀ ਵਾਰ ਠੇਕੇਦਾਰੀ ਸਿਸਟਮ 'ਚੋਂ ਰੇਤਾ ਕੱਢਿਆ, 10 ਕਰੋੜ ਕਮਾਈ ਹੋਈ। ਹੁਣ ਠੇਕੇਦਾਰ ਪਾਸੇ ਕੀਤਾ, ਸਾਰਾ ਕੰਟਰੋਲ ਲਿਆ,
70,000 ਬੰਦਿਆਂ ਨੂੰ ਇੰਪਲੋਇਮੈਂਟ ਦਿੱਤੀ। ਪਹਿਲੇ ਸਾਲ 400 ਕਰੋੜ, ਦੂਜੇ ਸਾਲ 950 ਕਰੋੜ, ਤੀਜੇ ਸਾਲ 2400 ਕਰੋੜ, ਅੱਜ 5,000 ਕਰੋੜ। ਕਈ ਸਟੇਟ 10,000 ਕਰੋੜ, ਕਈ 15,000 ਕਰੋੜ। 700 ਕਿਲੋਮੀਟਰ ਦਰਿਆ, 400 ਕਿਲੋਮੀਟਰ, 1,350 ਕਿਲੋਮੀਟਰ ਦਰਿਆ। ਜਿਹੜੇ ਇਹ ਕਹਿ ਕੇ ਆਏ ਸੀ ਵੀ ਪਬਲਿਕ ਦਾ ਭਲਾ ਕਰਾਂਗੇ, ਪਬਲਿਕ ਨੂੰ ਸਸਤੀ ਰੇਟ ਦੇਵਾਂਗੇ, ਮੈਂ ਤਾਂ 3,000 ਵੇਲੇ ਵੀ ਲੜਦਾ ਹੁੰਦਾ ਸੀ ਵੀ 2,000 ਦੀ ਨਹੀਂ 1,500 ਦੀ ਟਰਾਲੀ ਹੋਣੀ ਚਾਹੀਦੀ, ਅੱਜ 21,000 ਦੀ ਟਰਾਲੀ। ਇਹ ਭਾਈ ਕਿਹੜਾ ਗਰੀਬ ਘਰ ਬਣਾ ਲਊ? ਇਹ ਲੜਾਈ ਹੈ ਬਦਲ ਨੀਤੀ ਬਦਲਦਾ। ਇਹ ਜਦੋਂ ਨਾ 40-50,000 ਕਰੋੜ ਰੁਪਈਆ ਸੌਖਾ ਖੜਕ ਦੇਣੇ ਟੇਬਲ ਦੇ ਥੱਲੋਂ, ਸਿੱਧਾ ਆਸਟ੍ਰੇਲੀਆ ਪਹੁੰਚ ਜੇ, ਸਿੱਧਾ ਮੌਲਾਂ 'ਚ ਪਹੁੰਚ ਜੇ, ਅਮਰੀਕਾ ਵਾਲੀਆਂ 'ਚ, ਪੰਜਾਬ ਦੇ ਪੈਸੇ, ਪੰਜਾਬ ਨੂੰ ਗਿਰਵੀ ਰੱਖ ਕੇ, ਗਹਿਣੇ ਧਰ ਕੇ ਇਹ ਮੌਲਾਂ 'ਚ ਚਲੇ ਜਾਣ, ਅਤੇ ਫਿਰ ਬਾਅਦ ਦੇ ਵਿੱਚ ਵੀ ਅਸੀਂ ਜ਼ਿੰਦਗੀ ਬੜੀ ਵਧੀਆ ਲੈ, ਐਂ ਕਿਵੇਂ ਕਰ ਲਉਂਗੇ ਤੁਸੀਂ? ਜਿਨ੍ਹਾਂ ਨੇ ਲੁੱਟਿਆ ਪੰਜਾਬ ਨੂੰ ਉਹ ਕਿੱਥੇ ਨੇ? ਜਿਹੜੇ ਕਹਿੰਦੇ ਸੀ 25 ਸਾਲ ਕਬਜ਼ਾ, ਜਦੋਂ ਤੁਸੀਂ ਕਹਿੰਦੇ ਕਬਜ਼ਾ, ਇਹਦਾ ਮਤਲਬ ਹੁੰਦਾ ਅਹੰਕਾਰ, ਕਿੱਧਰ ਗਏ? ਤੁਸੀਂ ਮੈਨੂੰ ਲੱਖ ਮਾੜਾ ਕਹੋ, 100 ਗਾਲ ਕੱਢ ਲਓ, ਮੈਂ ਗੰਦਾ ਹੋ ਜੂ, ਮੇਰੀ ਸਦਗਤੀ ਹੋ। ਮਾੜਾ ਬੋਲਣ ਵਾਲੇ ਦਾ ਮਾੜਾ ਅਖੀਰ ਹੈ, ਚੰਗਾ ਬੋਲਣ ਵਾਲੇ ਦਾ ਚੰਗਾ ਅਖੀਰ ਹੈ। ਲੇਕਿਨ ਤੁਸੀਂ ਇਸ ਵਰਤਾਂਤ ਨੂੰ ਕਿਉਂ ਬੋਲੋ? ਉਹ ਤੂੰ ਤੜਕ ਜੀ, ਉਹ ਫਲਾਨਾ ਜੀ, ਉਹ ਟਮਕਾਨਾ ਜੀ, ਤੁਰ ਫਿਟੇ ਮੂੰਹ ਯਾਰ ਤੁਹਾਡੇ। ਤੁਸੀਂ ਇਸ ਪ੍ਰੋਗਰਾਮ 'ਤੇ ਆਓ, ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਇਹਨਾਂ ਨੀਤੀਆਂ 'ਤੇ ਆਓ, ਕਿੰਨੀ ਦੇਰ ਲੱਗਦੀ ਹੈ? ਐਂ ਪਲਟ ਜੂ, ਇੱਕ ਬੰਦਾ ਜਿਹੜਾ ਇਸ ਵਰਤਾਂਤ ਨੂੰ ਲੋਕਾਂ 'ਚ ਲਿਜਾ ਕੇ ਕਿਰਦਾਰ ਵਾਲਾ ਹੋਵੇ, ਵਿਕਾਊ ਨਾ ਹੋਵੇ, ਆਪਦੇ ਘਰ ਦਾ ਨਹੀਂ, ਇਹ ਸ਼ਾਸਕ ਭਾਵ ਨੂੰ ਸਿੱਟ ਕੇ ਇਸ ਪੰਜਾਬ ਨੂੰ ਪਰਿਵਾਰ ਸਮਝੇ। ਅਸੀਂ ਤਾਂ ਹੈ ਹੀ ਉਹ, ਸਾਡਾ ਸੰਵਿਧਾਨ ਹੀ ਉਹ ਹੈ, ਅਸੀਂ ਤਾਂ ਅਨੇਕਤਾ 'ਚ ਏਕਤਾ। ਭਾਈ ਤਾਮਿਲਨਾਡੂ ਵਾਲਿਆਂ ਦੀ ਭਾਸ਼ਾ ਅੱਡ ਹੈ, ਮਹਾਰਾਸ਼ਟਰ ਵਾਲਿਆਂ ਦੀ ਅੱਡ ਹੈ, ਗੁਹਾਟੀ ਚਲੇ ਜਾਓ ਬਿਲਕੁਲ ਕਲਚਰ ਅੱਡ ਹੈ, ਪੰਜਾਬ ਅੱਡ। ਲੇਕਿਨ ਅੱਡ ਅੱਡ ਭਾਸ਼ਾਵਾਂ, ਅੱਡ ਅੱਡ ਕਲਚਰ, ਅਸੀਂ ਪਰਿਵਾਰ ਦੀ ਏਕਤਾ 'ਚ ਅੱਡ ਅੱਡ ਬਣ ਕੇ ਇੱਕ ਸੂਤਰ 'ਚ ਪਰੋਏ, ਇੱਕ ਪਰਿਵਾਰ, ਅੱਜ ਕੀ ਹੋਣ ਲੱਗ ਗਿਆ? ਇਸ ਪਰਿਵਾਰ ਦੀ ਏਕਤਾ ਨੂੰ ਤੋੜਨ ਲੱਗ ਗਏ। ਰਾਹੁਲ ਗਾਂਧੀ ਜੀ ਕਿਹਦੇ ਲਈ ਲੜ ਰਹੇ? ਇਸ ਪਰਿਵਾਰ ਦੀ ਏਕਤਾ ਨੂੰ ਬਚਾ ਕੇ ਰੱਖਣ ਲਈ ਲੜ ਰਹੇ, ਪੀਸ ਲਈ, ਹਾਰਮਨੀ ਲਈ। ਜਿੱਥੇ ਨਫ਼ਰਤ ਹੈ ਉੱਥੇ ਇੱਕ ਪਿਆਰ ਦਾ ਬੀਜ ਬੋ ਰਹੇ, ਕੀ ਗਲਤ ਹੈ ਬਈ? ਤੁਹਾਡਾ ਨੈਰੇਟਿਵ ਗਲਤ ਹੈ, ਤੁਸੀਂ ਨੈਰੇਟਿਵ ਦੇ ਪੱਖ 'ਚ ਹੋ, ਬਿਹਤਰ ਕਰ ਸਕੋ ਮੈਂ ਮਗਰ ਤੁਰੂੰ, ਚਾਹਤ ਹੀ ਕੋਈ ਨਹੀਂ। ਚਾਹ ਗਈ ਚਿੰਤਾ ਗਈ, ਮਨਵਾ ਬੇਪਰਵਾਹ, ਜਿਸਕੋ ਕੁਛ ਨਾ ਚਾਹੀਏ ਵਹੀ ਸ਼ਹਿਨਸ਼ਾਹ। ਸ਼ਹਿਨਸ਼ਾਹ ਸ਼ਿਕਾਇਤ ਥੋੜ੍ਹਾ ਨਾ ਕਰਦੇ, ਸ਼ਿਕਸਤ ਦਿੰਦੇ। ਦੱਸੋ ਭਾਈ, ਮੰਗਿਆ ਹੋਵੇ ਕਿਸੇ ਤੋਂ, ਛੱਡਿਆ ਜ਼ਰੂਰ ਹੈ। ਜਿੱਥੇ ਜਿੱਥੇ ਇਹ ਨੀਤੀਆਂ ਦੀ ਲੜਾਈ ਆਈ, ਪੰਜਾਬ ਦੀ ਖਾਤਰ ਇੱਕ ਰੋਡ ਮੈਪ ਏਜੰਡੇ ਦੀ ਲੜਾਈ ਆਈ,
ਪਾਲਿਸੀ ਦੀ ਲੜਾਈ ਆਈ, ਉੱਥੇ ਨਵਜੋਤ ਸਿੱਧੂ ਕਦੇ ਸਿਸਟਮ ਦਾ ਗੁਲਾਮ ਨਹੀਂ ਬਣਿਆ, ਝੂਠ ਵੇਚਣ ਵਾਲਿਆਂ ਨਾਲ ਨਹੀਂ ਖੜਿਆ। ਕੈਪਟਨ ਸਾਹਿਬ ਨਾਲ ਪਹਿਲੀ ਕੈਬਨਿਟ ਤੋਂ ਲੜਿਆ, ਕੋਈ ਹੋਰ ਲੜਿਆ ਹੋਵੇ ਤਾਂ ਦੱਸੇ। ਬੀਜੇਪੀ ਨਾਲ ਕੋਈ ਪਰਸਨਲ ਲੜਾਈ ਹੋਣੀ ਸੀ, ਬੀਜੇਪੀ ਨੇ ਅਕਾਲੀ ਦਲ ਨੂੰ ਚੁਣਿਆ, ਮੈਂ ਪੰਜਾਬ ਨੂੰ ਚੁਣਿਆ। ਜਾਂ ਮੈਨੂੰ ਦੱਸ ਦਿਓ ਵੀ 7 ਸਾਲ ਦੀ ਰਾਜ ਸਭਾ ਇਹ ਜਿਹੜੇ ਗੱਲਾਂ ਕਰਦੇ ਆ, 7 ਸਾਲ ਦੀ ਰਾਜ ਸਭਾ ਛੱਡੀ ਹੋਵੇ, ਐਮਪੀਸ਼ਿਪ ਛੱਡੀ ਹੋਵੇ, ਮੰਤਰਾਲੇ ਛੱਡੇ ਹੋਣ, ਕਿਤੇ ਸਰਪੰਚੀ ਛੱਡੀ ਹੋਵੇ ਦੱਸੇ। ਹੈਂਜੀ, ਹੁਣ ਤਾਂ ਹੈ ਹੀ ਨਹੀਂ, ਨਾ ਉਹਦਿਆਂ ਦਾ ਨਾ ਆਪਸੀ ਲੜਾਈ ਦਾ। ਉਹ ਤੈਨੂੰ ਟੰਗ ਦੂੰ, ਤੈਨੂੰ ਮੰਦਰ ਦੇ ਦੂੰ, ਤੈਨੂੰ ਗੱਠ ਬੰਨ ਕੇ ਸਿੱਟ ਦੂੰ, ਤੇਰਾ ਫਲਾਨਾ ਹੋਏ, ਟਮਕਾਨਾ ਹੋਏ, ਇਹ ਕੀ ਹੈ? ਉੱਛੀਆਂ ਗੱਲਾਂ ਨੇ। ਡਾਇਵਰਜਨ ਦੇ ਉੱਤੇ ਪੰਜਾਬ ਨੂੰ ਭਟਕਾ ਕੇ ਕਿਸੇ ਹੋਰ ਰਸਤੇ, ਪੁੱਠੀ ਰਾਹ 'ਤੇ ਤੁਰੇ, ਪੁੱਠੀ ਰਾਹ 'ਤੇ ਤੁਰੇ ਰਹਿਣ, ਪੁੱਠੀ ਰਾਹ ਦੇ ਉੱਤੇ ਤੁਰੇ ਬੰਦਿਆਂ ਨੂੰ ਸਿੱਧੀ ਰਾਹ ਪਾਉਣਾ। ਨੀਤੀਗਤ, ਨੀਤੀ ਸ਼ਾਸਤਰ ਦੁਨੀਆ ਦਾ ਸਭ ਤੋਂ ਵੱਡਾ ਇੱਕ ਮਾਤਰ ਸਫਲਤਾ ਦੀ ਕੁੰਜੀ ਹੈ, ਇੱਕ ਮਾਤਰ ਨੇਤਰ ਹੈ। ਆਓ ਤੇ ਇਸ ਕਰਕੇ ਇਹ ਜਿਹੜਾ ਵਰਤਾਂਤ ਸਿਰਜਿਆ ਜਾ ਰਿਹਾ ਅੱਜ ਦੇਸ਼ 'ਚ, ਉਹ ਸੰਵਿਧਾਨ ਦੇ ਖਿਲਾਫ ਹੈ। ਸਾਡਾ ਸੰਵਿਧਾਨ ਗੁਰੂਆਂ ਪੀਰਾਂ ਦੀ ਬਾਣੀ ਜਿਹੜੀ ਪਹਿਲਾਂ ਦੀ ਹੈ, ਉਹਨਾਂ ਤੋਂ ਹੀ ਸੇਧ ਲੈ ਕੇ ਪੜ੍ਹਿਆ। ਗੁਰੂ ਸਾਹਿਬ ਨੇ ਕੀ ਕਿਹਾ? ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਣ, ਜਾਤ ਪਾਤ ਮਿਟਾਈ ਖਾਲਸਾ ਰਚਿਆ। ਦਰਬਾਰ ਸਾਹਿਬ 4 ਵਰਣਾਂ ਨੂੰ ਖੁੱਲ੍ਹਾ, ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਣ। ਉਹ ਅਸੀਂ ਜਾਤ ਪਾਤ ਮੰਨਦੇ ਹੀ ਨਹੀਂ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰਾਂ ਦੇ ਨਾਮ। ਪ੍ਰੋਬਲਮ ਉਦੋਂ ਆਈ ਜਦੋਂ ਤੁਸੀਂ, ਜਦੋਂ ਆਪਾਂ ਪ੍ਰਕਰਮਾ ਜਾਈਏ ਨਾ ਦਰਬਾਰ ਸਾਹਿਬ ਦੀ, ਅਕਾਲ ਤਖਤ ਸਾਹਿਬ ਬਾਹਰ, ਉੱਥੋਂ ਅੰਦਰ ਗੁਰੂ ਦਾ ਪ੍ਰਕਾਸ਼ ਦਿਖਦਾ ਪਰ ਅੰਦਰੋਂ ਕੁਛ ਨਹੀਂ ਦਿਖਦਾ। ਮਤਲਬ ਕੀ ਹੈ? ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਦਾ ਝੰਡਾ 2.5 ਫੁੱਟ ਉੱਚਾ, ਰਾਜ ਦਾ ਝੰਡਾ, ਰਾਜਨੀਤੀ ਦਾ ਝੰਡਾ 2.5 ਫੁੱਟ ਨੀਵਾਂ। ਇਹਦਾ ਮਤਲਬ ਇਹ ਹੈ ਕਿ ਧਰਮ ਸੇਧ ਦੇ ਨਾਲ ਹੈ, ਗੁਰੂਆਂ ਦੀ ਬਾਣੀ ਰਾਹੀਂ, ਗੁਰੂਆਂ ਦੇ ਬੋਲਾਂ ਰਾਹੀਂ ਧਰਮ ਸੇਧ ਦੇਣ ਵਾਲਾ ਸ਼ਾਹੇ ਸਵਾਰ ਹੈ। ਉਦੋਂ ਉੱਚਾ ਕੋਈ ਨਹੀਂ, ਸਭ ਤੋਂ ਉੱਚਾ। ਤੁਸੀਂ ਜਦੋਂ ਧਰਮ ਦਾ ਘੋੜਾ ਬਣਾਉਣ ਨੂੰ ਫਿਰਦੇ ਹੋ, ਧਰਮ ਨੂੰ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਇਸਤੇਮਾਲ ਕਰਦੇ ਹੋ, ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਹੇ ਮਨਮਤੀ ਹੈ ਇਹ, ਬੁਲਾ ਗੋਡੇ ਲਾ ਲਏ ਸੀ ਮਹਾਰਾਜ ਰਣਜੀਤ ਸਿੰਘ। ਕਾਲ ਤਖ਼ਤ ਦਾ ਜਥੇਦਾਰ ਕਹਿੰਦਾ ਮਿੱਤਰ ਪਿਆਰੇ, ਹੁਣ ਤੇਰੇ ਘਰੋਂ ਤੇਰੇ ਮਹਿਲ 'ਚੋਂ ਰੋਟੀ ਨਹੀਂ ਆਊ, ਇਹ ਲੰਗਰ ਸੰਗਤ ਦਾ ਹੋਊ, ਸੰਗਤ ਵਰਤਾਓ। ਅੱਜ ਵੀ ਸੰਗਤ ਵਰਤਾਓ, ਮੰਨਿਆ ਉਹਨੇ, ਅੱਜ ਵੀ ਉਹਦਾ ਨਾਮ ਜਿਉਂਦਾ। ਕੋਈ ਇਹ ਥੋੜ੍ਹਾ ਨਾ ਵੀ ਅਕਾਲ ਤਖ਼ਤ ਦੇ ਜਥੇਦਾਰ ਘਰੇ ਬੁਲਾ ਲਏ। ਕਿਹੜੀ ਪ੍ਰਥਾ ਪਾਤੀ ਹੈ? ਧਰਮ ਦੇ ਨਾਂ 'ਤੇ ਲੋਕ ਵੰਡਤੇ, ਦਿਖਾਓ ਪੰਜਾਬ 'ਚ ਕੌਣ ਵੰਡਦਾ ਬਈ? ਕਦੇ ਸਾਡੇ 'ਚ ਜਾਤ ਪਾਤ ਆਈ ਹੈ? ਹੈਂ, ਜਦੋਂ ਲੰਗਰ ਵਰਤਾਉਂਦਾ ਕੋਈ ਇਹੋ ਜਿਹੀ ਮਾੜੀ ਜਿਹੀ ਵੀ ਚੀਜ਼ ਆਈ ਹੈ ਭਾਈ?
ਮੇਰੀ ਮਤਲਬ ਵਿਨਮਰ ਬੇਨਤੀ ਹੈ, ਮੈਂ ਪਿੱਛੇ ਨਹੀਂ ਹਟਣਾ। ਇਹ ਵਰਤਾਂਤ ਦੇ ਮਾਮਲੇ 'ਚ ਪਿੱਛੇ ਨਹੀਂ ਹਟਦਾ ਨਵਜੋਤ ਸਿੰਘ ਸਿੱਧੂ। ਕੋਈ ਬੰਦਾ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੰਡੂਗਾ, ਵੋਟਾਂ ਦੀ ਪੋਲਰਾਈਜੇਸ਼ਨ ਕਰੂਗਾ, ਔਰ ਸੋਚੂ ਪੰਜਾਬ ਦਾ ਸਨਮਾਨ ਕਰੂ, ਤੁਸੀਂ ਦੱਸੋ ਲੋਕ ਭਲਾਈ ਲਈ ਕੀ ਕੀਤਾ, ਕਿਹੜੀ ਨੀਤੀ ਲਿਆਂਦੀ, ਦੱਸੋ। ਅਸੀਂ ਮੰਨਦੇ ਹਾਂ ਮਹਾਰਾਜ, ਸੋ ਮੈਂ ਕਲੀਅਰ ਹਾਂ ਬੜਾ, ਮੈਂ ਤੁਹਾਡੇ ਕੋਲ। ਚਲੋ, ਤੁਸੀਂ ਹਮੇਸ਼ਾ ਮੈਨੂੰ ਇੱਜ਼ਤ ਦਿੱਤੀ ਹੈ, ਕਹਿੰਦੇ ਸੱਚੇ ਮਾਰਗ ਚੱਲਿਆਂ, ਅਸੀਂ ਬਾਬਾ ਜੀ ਦੇ ਚਰਨਾਂ ਦੀ ਧੂੜੀ, ਸੱਚੇ ਮਾਰਗ ਚੱਲਿਆਂ ਉਸਤਤ ਕਰੇ ਜਹਾਂ। ਤੁਸੀਂ ਕੋਈ ਸਵਾਲ ਪੁੱਛੋ, ਅੱਜ ਮੈਂ ਹਰੇਕ ਦਾ ਉੱਤਰ ਦੇਣ ਨੂੰ ਤਿਆਰ ਹਾਂ। ਭੱਜ ਅੱਜ ਜੋੜੇ ਮਾਜਰਾ ਸਾਹਿਬ ਦੀ ਸਟੇਟਮੈਂਟ ਆ ਗਈ, ਕਮਾਈ ਬਹੁਤ ਕਰ ਲਈ ਅਸੀਂ, 400 ਕਰੋੜ ਰੁਪਈਆ ਕਮਾਇਆ, ਇਹਦੇ ਬਾਰੇ ਸੁਣਿਆ ਜਾਂਦਾ ਹੈ। ਉਹਨਾਂ ਪੁੱਛੋ ਕਿ 400 ਤਾਂ ਕਿਹਾ ਨਹੀਂ ਤੁਸੀਂ, 20,000 ਕਰੋੜ ਕਿਹਾ ਸੀ, ਉਹ ਕਿੱਧਰ ਗਿਆ? ਉਹ ਨਹੀਂ, ਉਹਨੂੰ ਪੁੱਛੇ ਨਾ ਕਿ ਯਾਰ ਕਿਉਂ ਭਟਕਾਈ ਜਾਂਦਾ ਹੈ, ਕਿਉਂ ਮਤਲਬ ਇਹੋ ਜਿਹੀਆਂ ਗਲਤ ਸਟੇਟਮੈਂਟਾਂ ਦਿੰਦੇ ਹੋ। ਕਿ ਜਾਂ ਤਾਂ ਤੂੰ ਉਦੋਂ ਮਿੱਤਰ ਪਿਆਰੇ ਜੋੜ ਮਾਜਰਾ ਸਾਹਿਬ ਉਦੋਂ ਕਹਿੰਦਾ ਨਾ, ਜਦੋਂ ਕੇਜਰੀਵਾਲ ਨੇ ਕਿਹਾ ਸੀਗਾ ਵੀ 20,000 ਕਰੋੜ ਰੁਪਈਆ ਹਰ ਸਾਲ ਦਊਂਗਾ, ਤੂੰ ਕਹਿੰਦਾ ਨਹੀਂ ਜੀ 20 ਨਹੀਂ, ਅਸੀਂ ਤਾਂ ਜੀ 300 ਦੇਵਾਂਗੇ। ਤੇ ਮੈਂ ਉਹਨੂੰ ਸਵਾਲ ਪੁੱਛਦਾ ਵੀ ਤੇਰੇ ਚੀਫ ਮਿਨਿਸਟਰ ਨੇ ਤੁਹਾਡੇ ਮੈਮੋਰੈਂਡਮ 'ਚ, ਤੁਹਾਡੀਆਂ ਗਰੰਟੀਆਂ 'ਚ ਤੁਸੀਂ 40,000 ਕਰੋੜ ਰੁਪਈਆ ਕਿਹਾ ਸੀਗਾ 2 ਸਾਲਾਂ 'ਚ, ਤੇ ਮਿੱਤਰਾ 39,600 ਬਚਦਾ, ਲਿਆ ਕੱਢ, ਲਿਆ ਕੱਢ ਓਏ ਮਿੱਤਰ ਪਿਆਰੇ। ਤੇ ਸਾਰੇ ਪੰਜਾਬ ਨੂੰ ਪਤਾ ਵੀ ਕੋਈ ਪੈਲਸ ਖਰੀਦੀ ਜਾਂਦਾ 48 ਕਰੋੜ ਦਾ, ਕੋਈ 92 ਏਕੜ ਜ਼ਮੀਨ ਗਿਰਵੀ ਰੱਖੀ ਜਾਂਦਾ ਪੰਜਾਬ ਦੀ। ਆਹ ਪਟਿਆਲੇ 'ਚ ਇੱਕ ਪੁਰਾਣਾ ਰਾਜਿਆਂ ਦਾ ਪੈਲਸ ਹੈ, ਕਿਹਨੇ ਖਰੀਦਿਆ ਉਹ, ਹੈਂ, ਹਿੱਸੇ ਕੌਣ ਪਾਉਂਦਾ, ਇਹ ਕਿੱਥੋਂ ਆਏ, ਹੈਂ, ਕਿਹੜਾ ਇਹੋ ਜਿਹਾ ਧੰਦਾ ਜੀ 'ਤੇ ਕਬਜ਼ਾ ਨਹੀਂ ਕੀਤਾ ਤੁਸੀਂ, ਹੈਂ, ਮਿਲ ਗਿਆ ਜਵਾਬ। ਪੰਜਾਬ ਕਾਂਗਰਸ 'ਚ ਬਿਲਕੁਲ ਸਭ ਕੁਛ ਅੱਛਾ, ਕਾਂਗਰਸ ਵਿਚਾਰਾਂ ਦੇ ਵਖਰੇਵੇਂ ਨੂੰ ਅਲਾਊ ਕਰਦੀ ਹੈ, ਗਲਤ ਫਹਿਮੀਆਂ ਲੋਕਾਂ ਨੇ ਬਣਾ ਲਈਆਂ, ਵਿਚਾਰਾਂ ਦਾ ਵਖਰੇਵਾਂ ਲੋਕਤੰਤਰ ਦਾ ਗਹਿਣਾ ਹੈ, ਪਰ ਉਸ ਵਿਚਾਰਾਂ ਦੇ ਵਖਰੇਵੇਂ ਨੂੰ ਸੰਵਾਦ ਨਾਲ ਸੰਵਾਰਨਾ ਚਾਹੀਦਾ। ਮੈਂ ਕਹਿੰਦਾ ਯਾਰ ਮੇਰੀ ਗੱਲ ਸੁਣੋ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ, ਮੈਂ ਕਦੇ ਕਿਸੇ ਦੇ ਖਿਲਾਫ਼ ਬੋਲਿਆ ਨਿੱਜੀ ਤੌਰ ਤੇ, ਮੈਨੂੰ ਤੂੰ ਦੱਸ ਇੱਕ ਵਾਰ ਦੱਸ ਦੇ। ਮੈਂ ਕਹਿੰਦਾ ਯਾਰ ਤੂੰ ਮੇਰੀ ਗੱਲ ਸੁਣੋ, ਜਿਹਦੇ ਨਾਲ 30,000 ਪੰਜਾਬੀ ਖੜੇ ਸੀ ਉਹ ਏਕਲਾ, ਕਿਹੜੀਆਂ ਗੱਲਾਂ ਕਰਦੇ ਹੋ ਯਾਰ, ਮਤਲਬ ਕਾਂਗਰਸੀ ਨੀ ਖੜਾ, ਲੈ ਯਾਰ ਕਮਾਲ ਕਰਦਾ ਵੀ ਜੇ ਤੁਸੀਂ ਇਹ ਮਤਲਬ ਬੇਵਕੂਫਾਨਾ ਗੱਲਾਂ ਨੇ, ਇਹਨਾਂ ਗੱਲਾਂ 'ਤੇ ਕੋਈ ਤੱਥ ਹੀ ਹੈ ਨਹੀਂ, ਹੈਂ। ਉਹ ਭਾਈ ਖੜਗੇ ਸਾਹਿਬ ਇਹ ਕਹਿੰਦੇ ਨੇ ਵੀ ਲੋਕਾਂ ਨਾਲ ਸੰਪਰਕ ਸਾਧੋ, ਪੁੱਛ ਉਹਨੂੰ ਜਿਹੜਾ ਕਹਿੰਦਾ ਵੀ ਸੰਪਰਕ ਸਾਧੋ, ਲੋਕਾਂ 'ਚ ਜਾਓ। ਇੱਕ ਮਿੰਟ ਮੈਂ ਕਹਿੰਦਾ ਉਹ ਕਹਿੰਦੇ ਲੋਕਾਂ ਨਾਲ ਸੰਪਰਕ ਸਾਧੋ,
ਨਹੀਂ ਤੇ ਉਹਨਾਂ ਉਹ ਆਪ ਨਾਲ ਸੰਪਰਕ ਕਿਉਂ ਨਹੀਂ ਸਾਧਣਾ ਚਾਹੀਦਾ ਜਦੋਂ ਵੱਡੀ ਲੜਾਈ ਲੜਨੀ ਆ ਬਾਈ? ਹੈ ਦੂਏ ਨਹੀਂ ਸਾਧਦੇ? ਇਹੋ ਜਿਹਾ ਕਿਹੜਾ ਗਲਤ ਕੰਮ ਕਰਤਾ ਭਾਈ? ਕਿਹੜੀ ਸੰਸਥਾ ਬਚੀ ਅੱਜ? ਮਿੱਤਰ ਪਿਆਰੇ, ਤੁਸੀਂ ਹਰੇਕ ਨੂੰ ਕੁੱਟੀ ਤੁਰੀ ਜਾਂਦੇ ਹੋ, ਦੈੜ ਦੈੜ ਕਰੀ ਜਾਂਦੇ ਹੋ, ਸੰਪਰਕ ਨਾ ਸਾਧੀਏ। ਮੁਲਕ ਨੂੰ ਬਚਾਉਣਾ ਹੈ, ਮੁਲਕ ਦੀ ਡੈਮੋਕਰੇਸੀ ਨੂੰ ਬਚਾਉਣਾ ਹੈ, ਸੰਪਰਕ ਨਹੀਂ ਹੋਣਾ ਚਾਹੀਦਾ? ਨਹੀਂ ਕਿਉਂ ਮੌਕੇ ਦੀ ਸਰਕਾਰ ਭਾਈ, ਤੁਸੀਂ ਦੇਸ਼ ਦੀ ਲੜਾਈ, ਪ੍ਰਾਈਮ ਮਿਨਿਸਟਰ ਨੂੰ ਬੁਲਾਉਣ ਦੀ ਲੜਾਈ ਅੱਡ ਹੈ। ਦੱਸ ਮੈਨੂੰ ਕਿਹੜੀ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਇੱਥੇ ਸਾਡੇ ਲਈ? ਅੱਧੇ ਮਿੱਤਰ ਪਿਆਰੇ, ਅਤੇ ਨਾ ਤਾਂ ਆਪ ਸੈਂਟਰ 'ਚ ਹੈ ਅਤੇ ਨਾ ਕਾਂਗਰਸ 'ਚ ਸੈਂਟਰ, ਕਾਂਗਰਸ ਸੈਂਟਰ 'ਚ ਹੈ, ਦੋਨਾਂ ਦਾ ਇੱਕੋ ਹੀ ਵਿਰੋਧ ਹੈ ਨਾ। ਕੋਈ ਦੱਸ ਦੇਵੇ ਮੈਨੂੰ, ਮਤਲਬ ਇਹੋ ਜਿਹੀਆਂ ਗੱਲਾਂ ਕਰਦੇ ਹੈ, ਹਵਾਈ ਛੁਰਲੀਆਂ ਛੱਡਦੇ ਹੈ, ਜਿਨ੍ਹਾਂ ਦੇ ਨਾਲ ਸਿਰ ਹੈ ਨਾ ਪੈਰ ਹੈ। ਭਾਈ ਜਦੋਂ ਵੀ ਤੁਸੀਂ ਲੜੋਗੇ, ਹਾਂ ਇਹ ਹੈ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਹੋਣਾ ਚਾਹੀਦਾ ਵੀ ਭਾਈ ਅਸੀਂ ਸੈਂਟਰ ਦੇ ਨਾਲ ਇਸ ਕਰਕੇ ਲੜਦੇ ਹਾਂ ਵੀ ਆਹ ਭਾਈ ਆ ਆਹ ਸਾਡੇ ਨਾਲ ਵਿਤਕਰੇ ਹੋਏ ਨੇ, ਆਹ ਸਾਡੇ ਕਿਸਾਨ ਬਰੂਹਾਂ 'ਤੇ ਪਏ ਰਹੇ ਨੇ, ਆਹ ਸਾਡੇ ਕਾਨੂੰਨਾਂ ਦੇ ਉੱਤੇ ਕਾਨੂੰਨ ਬਣਾਏ ਜਾ ਰਹੇ ਨੇ, ਸਾਡੀ ਜਿਹੜੀ ਖੇਤੀ ਵਾਲੇ ਕਾਨੂੰਨ ਨੇ ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ, ਸਾਡਾ ਪਾਣੀ ਪਹਾੜਾ ਡੈਮ ਸਾਡੀ, ਉਹਦੀ ਮੈਨੇਜਮੈਂਟ ਸੈਂਟਰ ਦੀ। ਭਾਈ ਵੀ ਆਰ ਆ ਯੂਨੀਅਨ ਆਫ ਸਟੇਟਸ, ਸਾਡਾ ਸੰਵਿਧਾਨਕ ਢਾਂਚਾ ਜਿਹੜਾ ਹੈ ਉਹਨੂੰ ਸੰਘੀ ਢਾਂਚਾ ਕਹਿੰਦੇ ਹਾਂ। ਇਹ ਅੱਡ ਅੱਡ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿਹਦੀ ਹਰੇਕ ਦੀ ਅੱਡ ਖੁਸ਼ਬੂ ਹੈ, ਤੁਸੀਂ ਉਸ ਖੁਸ਼ਬੂ ਨੂੰ ਖਤਮ ਕਰਕੇ ਦੇਸ਼ ਨੂੰ ਕਿਵੇਂ ਸਵਾਰ ਲਓਗੇ ਭਾਈ? ਤੁਸੀਂ ਇਹ ਪੰਜਾਬ ਨੂੰ ਜਿਹੜੀ ਢਾਲ ਹੈ ਦੁਨੀਆ ਦੀ, ਜਿਹਨੇ ਹਰ ਜ਼ੁਲਮ ਦੇ ਨਾਲ, ਹਰ ਵਿਤਕਰੇ ਨਾਲ ਮਨੁੱਖੀ ਅਧਿਕਾਰਾਂ ਦੇ ਵਾਸਤੇ ਗੁਰੂਆਂ ਪੀਰਾਂ ਨੇ ਬਲੀਦਾਨ ਦੇ ਕੇ ਲੜਾਈ ਲੜੀ, ਉਹਨੂੰ ਕਮਜ਼ੋਰ ਕਰ ਦਿਓਗੇ ਤੁੱਚੇ ਕਾਰਨਾਂ ਕਰਕੇ ਅਤੇ ਲੜੀਏ ਵੀ ਨਾ? ਇਹ ਗਲਤ ਫਹਿਮੀ 'ਚ ਨਾ ਕੋਈ ਰਹੇ, ਇਹ ਪੰਜਾਬੀ ਕੌਮ ਹੈ, ਇਹ ਨਹੀਂ ਬਖਸ਼ਦੀ, ਇਹ ਜ਼ੁਲਮ ਦੇ ਖਿਲਾਫ ਲੜਦੀ ਹੈ, ਇਹ ਨੀਵੀਂ ਨਹੀਂ ਪਾਉਂਦੀ। ਇਹਦੇ 'ਚ ਕੀ ਗਲਤ ਹੈ ਸਮਝਾ ਦੇਵੇ ਕੋਈ? ਹਾਈ ਕਮਾਂਡ ਹੈ ਭਾਈ, ਉਹ ਫੈਸਲਾ ਲਊਗੀ। ਜੇ ਤੁਹਾਡੀ ਪਾਰਟੀ ਨਾਲ ਰਹੀ ਵਿਚਾਰਧਾਰਾ ਕਾਹਦੀ ਹੈ ਓਏ ਭਾਈ? ਹਰ ਚੀਜ਼ ਬੇੜੀਆਂ 'ਚ, CBI, ਜੁਡੀਸ਼ਰੀ, ਹਾਂਜੀ ਆ ਖਹਿਰਾ ਸਾਹਿਬ ਕਿਉਂ ਦੇਤੇ ਅੰਦਰ? ਫਿਰ ਰੋਂਦੇ ਹੋ, ਧੱਕਾ ਹੋ ਰਿਹਾ, ਹਾਂਜੀ ਇਲੈਕਸ਼ਨ ਕਮਿਸ਼ਨ ਪੂਰਾ ਸ਼ੱਕ ਦੇ ਘੇਰੇ 'ਚ, ਕੋਈ EVM ਦਾ ਰੌਲਾ ਪਾਈ ਜਾਂਦਾ, ਕੋਈ ਕੁਛ ਦਾ ਰੌਲਾ ਪਾਈ ਜਾਂਦਾ, ਕੋਈ ਕੁਛ ਪੱਗੋ ਦਾ ਰੌਲਾ ਪਾਈ ਜਾਂਦਾ, ਨਹੀਂ ਲੜਾਈ ਲੜਨੀ। ਓਪੋਜੀਸ਼ਨ ਦਾ ਕੰਮ ਹੀ ਲੜਾਈ ਲੜਨੀ ਹੈ, ਜਵਾਬਦਾਹੀ ਬਣਾਉਣਾ, ਨੀਤੀਆਂ ਦੀ ਲੜਾਈ ਲੜਨੀ ਹੈ। ਭਾਈ ਕੋਈ ਗੱਲ ਕਰਦਾ ਨੌਕਰੀਆਂ ਦੀ, ਰੁਜ਼ਗਾਰ ਦੇ ਉੱਤੇ ਕੀ ਹੈ? ਕੋਈ ਗੱਲ ਕਰਦਾ ਕਿਸਾਨੀ ਦੀ? 60-70% ਕਿਸਾਨ ਪੰਜਾਬ 'ਚ ਹੈ ਜੀ, ਸੰਭਾਵਨਾ। ਮੈਂ ਕਹਿੰਦਾ ਇਹ ਸੰਭਾਵਨਾਵਾਂ ਜਿਹੜੀਆਂ ਨੇ ਨਾ, ਇਹ ਹਾਈਕਮਾਂਡ ਦੇਖੇਗੀ। ਅਸੀਂ ਤਾਂ ਇੰਨਾ ਕਹਿ ਸਕਦੇ ਹਾਂ ਵੀ ਕਾਰਨ ਕੀ ਨੇ, ਤੁਸੀਂ ਪੁੱਛਿਆ ਦੱਸਦਾ। ਜਿਹੜੀ ਗੱਲ ਦੇ ਉੱਤੇ ਮੈਂ ਖੜਾ ਉਹ ਇਹ ਹੈ ਵੀ ਨੀਤੀਗਤ ਲੜਾਈ ਹੋਣੀ ਚਾਹੀਦੀ, ਲੋਕ ਭਲਾਈ ਦੀ ਲੜਾਈ ਹੋਣੀ ਚਾਹੀਦੀ, ਲੋਕਾਂ ਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਕਰ ਸਕਦੇ ਹੋ, ਲੋਕਾਂ ਨੂੰ ਕਿਵੇਂ ਸੰਵਾਰ ਸਕਦੇ ਹੋ। ਆ ਜਿਹੜਾ ਨੌਜਵਾਨ ਬਾਹਰ ਜਾਈ ਜਾਂਦਾ, 1,00,000 ਕਰੋੜ ਦੇ ਐਸੈਟ ਪੰਜਾਬ ਦੇ ਵਿਕ ਗਏ,
ਤੇ ਕੈਨੇਡਾ 'ਚ ਜਾ ਕੇ ਡਿੱਗਦੇ ਆ, ਇਹਨੂੰ ਕਿੱਦਾਂ ਤੁਸੀਂ ਬਦਲ ਸਕਦੇ? ਤੇ ਨਵਜੋਤ ਸਿੰਘ ਸਿੱਧੂ ਉਸ ਸਰਕਾਰ ਦੇ ਵਿੱਚ ਮੰਤਰਾਲੇ ਤੋਂ ਅਸਤੀਫਾ ਨਹੀਂ ਦਿੱਤਾ? ਹੁਣ ਜਵਾਬ ਦੇਣ ਦੇਣਾ। ਤੇ ਉਦੋਂ ਬਾਅਦ ਪਹਿਲਾਂ ਅਕਾਲੀ ਦਲ ਨਹੀਂ ਛੱਡਿਆ, ਟਕਾ ਕੇ ਕਿਹਾ ਨਹੀਂ ਤੁਸੀਂ ਚੋਰ ਹੋ, ਡਾਕੂ ਹੋ, ਨਹੀਂ ਲੜਾਈ ਲੜੀ। ਇਹ ਕਿਸੇ ਹੋਰ ਨੂੰ ਤਾਂ ਕਹਿ ਲਈ ਮਿੱਤਰ ਪਿਆਰੇ, ਮੈਨੂੰ ਨਾ ਕਹੀਂ, ਭਗਾ ਭਗਾ ਮਾਰੇ ਨੇ ਉਹਦੇ। ਤੇ ਪਹਿਲਾਂ ਕਹਿ ਚੁੱਕੇ ਆ ਸਰਪੰਚੀ ਛੱਡੀ ਹੋਵੇ ਤੇ ਗੱਲ ਕਰੇ ਕੋਈ, ਇਹਨਾਂ ਗੱਲਾਂ 'ਤੇ ਲੜਿਆ। ਉੱਥੇ ਹੀ ਖੜਾ, ਬੇਪੈਂਦੀ ਦੇ ਲੋਟੇ ਵਾਂਗੂ ਘੁੰਮਦਾ ਨਹੀਂ, ਇੱਕ ਸਟੈਂਡ ਆ ਉੱਥੇ ਹੀ ਹੈ। ਇਹਨਾਂ ਦੀ ਵਿਜੀਲੈਂਸ ਇਹ ਹੈ ਕਿ ਸਾਡੇ ਵਾਲੇ ਜਿਹੜੇ ਨੇ ਉਹ ਠੀਕ ਨੇ, ਵਿਰੋਧੀ ਕੋਈ ਬੋਲੇ ਠੋਕ ਦਿਓ, ਇਹ ਵਿਜੀਲੈਂਸ ਹੈ। ਤੇ ਲਾ ਫਿਰ ਮਿੱਤਰ ਪਿਆਰੇ ਵਿਜੀਲੈਂਸ ਮਾਈਨਿੰਗ ਦੇ ਉੱਤੇ, ਵੀ 21,000 ਦੀ ਟਰਾਲੀ ਕੌਣ ਵੇਚਦਾ? ਲਾ ਨਾ। ਹੁਣ ਆ ਜਿਹੜਾ NGT 'ਚ ਮੈਂ ਸ਼ਿਕਾਇਤ ਦੇ ਕੇ ਆਇਆ ਵੀ 40-40, 45-45 ਫੁੱਟ ਦੇ ਖੱਡੇ ਕਰਦੇ ਹੋ ਤੁਸੀਂ, ਸਰਕਾਰੀ ਜ਼ਮੀਨ ED ਦੀ ਅਟੈਚ ਕੀਤੀ ਉਹਦੇ 'ਤੇ ਮਾਈਨਿੰਗ ਚੱਲੀ ਜਾਂਦੀ ਹੈ, ਤੁਸੀਂ ਤਾਂ ਕਹਿੰਦੇ ਕਾਰਪੋਰੇਸ਼ਨ ਬਣਾਵਾਂਗੇ। ਲਾ ਲਾ ਸਰਾਰੀ ਦੇ ਉੱਤੇ, ਕਰ ਪੈਸੇ ਬਰਾਮਦ। ਤੁਮ ਕਰੋ ਤੋ ਨਿਆਰੀ ਲੀਲਾ, ਕੋਈ ਔਰ ਕਰੇ ਤੋ ਕੈਰੈਕਟਰ ਢੀਲਾ। ਇਹ ਨਵਾਂ ਟ੍ਰੈਂਡ ਨਹੀਂ ਹੈ, ਇਹ ਤੁਹਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ। ਅਕਾਲੀ ਦਲ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ। ਪਹਿਲਾਂ ਆਪਦੇ ਆਪ ਨੂੰ ਬਚਾਉਣ, ਆਪਦੇ ਆਪ ਨੂੰ ਬਚਾਉਣ, ਕਿਉਂਕਿ ਬੜੇ ਸੀਰੀਅਸ, ਦੇਰ ਆਰ ਸੀਰੀਅਸ ਐਸਪਰਸ਼ਨਸ ਕਾਸਟ ਆਨ ਦੀ ਅਕਾਲੀ ਦਲ। ਗੁਰੂ ਸਾਹਿਬ ਤੋਂ ਲੈ ਕੇ ਕੌਂਕੇ ਸਾਹਿਬ ਵਾਲੀ ਗੱਲ, ਹੋਰ ਬਹੁਤ ਕੁਛ ਇਹੋ ਜਿਹਾ। ਦੇਖੋ, ਕਿਸੇ ਵੀ ਦਲ ਲਈ, ਉਹਦੀ ਉਸਾਰੀ ਲਈ, ਉਹਦੀ ਵੈਲਬੀਇੰਗ ਦੇ ਲਈ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਨੇ ਛੋਟੇ ਭਾਈ। ਕ੍ਰੈਡੀਬਿਲਿਟੀ, ਤੁਹਾਡੀ ਭਰੋਸੇਯੋਗਤਾ, ਜਿਹਦੀ ਕੀਰਤੀ ਨਸ਼ਟ ਹੋ ਜਾਏ ਨਾ, ਉਹਦਾ ਸਭ ਕੁਝ ਚਲਾ ਜਾਂਦਾ। ਔਰ ਜਿਹਦੇ ਪੱਲੇ ਕਿਰਦਾਰ ਔਰ ਕ੍ਰੈਡੀਬਿਲਿਟੀ ਹੈ, ਵਿਸ਼ਵਾਸ ਉਸੇ 'ਤੇ ਹੁੰਦਾ। ਇਹ 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 ਜ਼ਰੂਰੀ। ਪਹਿਲਾਂ ਵੀ ਕੀਤਾ ਸੀ ਭਾਈ ਖਹਿਰਾ ਸਾਹਿਬ ਨੂੰ ਕੀਤਾ ਸੀ, ਹੋਰ ਕਿੰਨੇ ਨਾਂ ਲਿਆ, ਫਿਰ ਕੀ ਨਿਕਲਿਆ? ਮੈਂ ਕਹਿੰਦਾ ਭਾਈ ਮੈਨੂੰ ਇੱਕ ਗੱਲ ਦੱਸੋ, ਜਦੋਂ ਕਰਪਸ਼ਨ ਦੇ ਚਾਰਜ ਨੇ, ਤੁਹਾਨੂੰ ਫੇਸ ਕਰਨਾ ਪਊਗਾ ਯਾਰ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਂ ਕਹਿੰਦਾ ਕਿਸੇ ਪਾਰਟੀ ਦਾ ਹੋਵੇ, ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਹਾਂਜੀ, ਕਿਸੇ ਪਾਰਟੀ ਦਾ ਹੋਵੇ ਯਾਰ, ਜੇ ਤੁਸੀਂ ਪੰਜਾਬ ਦਾ ਪੈਸਾ ਖਾਧਾ ਹੈ, ਯੂ ਹੈਵ ਟੂ ਫੇਸ ਦ ਮਿਊਜ਼ਿਕ ਈਵਨ ਇਫ ਯੂ ਡੋਂਟ ਲਾਈਕ ਦ ਟਿਊਨ। ਪਰ ਫਿਰ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਵਿਜੀਲੈਂਸ ਲਾਤੀ, ਫਿਰ ਕੇਜਰੀਵਾਲ ਦਾ ਜਵਾਬ ਦੇਵੇ ਵੀ ਸ਼ਰਾਬ 'ਚ ਪੈਸੇ ਖਾਧੇ ਕਿ ਨਹੀਂ ਖਾਧੇ, ਇਹ ਦੇਵੇ ਜਵਾਬ ਮਿੱਤਰ ਪਿਆਰਾ, ਵੀ ਮਾਫੀਆ ਚੱਲਦਾ ਕਿ ਨਹੀਂ ਚੱਲਦਾ, ਦੇਵੇ ਨਾ ਹੈ ਜਵਾਬ। ਮੈਂ 300 ਸਵਾਲ ਪੁੱਛ ਲਏ, ਟਕਾ ਕੇ ਕਹਿ ਲਿਆ ਵੀ ਭਾਈ ਤੁਸੀਂ ਚੋਰੀ ਕੀਤੀ ਹੈ। ਕੇਜਰੀਵਾਲ ਸਾਹਿਬ ਤਾਂ ਕਹਿੰਦੇ ਕਿ ਵੀ ਕਿੱਥੇ ਕਹਿੰਦੇ, ਮੈਂ ਤੈਨੂੰ ਜਿਹੜੇ ਮੈਂ ਸਵਾਲ ਪੁੱਛੇ ਹੈ ਉਹਨਾਂ 'ਤੇ ਆਉਣਾ।
ਮੇਰੀ ਗੱਲ ਨੂੰ ਸੁਣਨਾ, ਮੈਂ ਮੈਨੂੰ ਰਗੜੇ ਜਰੂਰ ਲਾਉਂਦੇ ਲੋਕ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਮੈਂ ਤਾਂ ਅੱਜ ਤੱਕ ਦੇਖ ਲੈ, ਜਦੋਂ ਦਾ 6 ਸਾਲ ਦਾ ਕਾਂਗਰਸ ਚ ਆਇਆ, ਕਿਸੇ ਵਰਕਰ ਦੇ ਖਿਲਾਫ ਵੀ ਬੋਲਿਆ ਹੋਵਾਂ ਕੱਢ ਦੇ ਖਾ। ਲੜੂਗਾ ਪ੍ਰੋਗਰਾਮ ਏਜੰਡਾ, ਪੰਜਾਬ ਨੂੰ ਸਵਾਰਨਾ ਕਿਵੇਂ ਆ, ਨੀਤੀ ਲੜਦੀ ਹੁੰਦੀ ਹੈ। ਤੁਸੀਂ ਜਦੋਂ ਦਿੰਦੇ ਹੋ ਪਹਿਲਾਂ 500 ਪੇਜ ਬਣਾ ਦਿੰਦੇ ਹੁੰਦੇ ਸੀ, ਚਲੋ ਹੁਣ ਦੱਸਦੇ ਤਾਂ ਆ ਗਏ, ਦਸਾਂ ਚੋਂ ਕੀ ਪੂਰਾ ਕੀਤਾ, ਕਿਉਂ ਪੂਰਾ ਨਹੀਂ ਹੋਇਆ? ਇੱਕ ਮਿੰਟ, ਉਹ ਕਿਉਂ ਪੂਰਾ ਨਹੀਂ ਹੋਇਆ? ਕਿਉਂਕਿ ਤੁਹਾਡੇ ਕੋਲ ਪੈਸੇ ਹੀ ਹੈ ਨਹੀਂ। ਪੈਸੇ ਕਿਉਂ ਨਹੀਂ, ਤੇਰਾ ਜਵਾਬ ਦੇ ਰਿਹਾ, ਪੈਸੇ ਕਿਉਂ ਨਹੀਂ? ਕਿਉਂਕਿ ਤੁਸੀਂ ਖਾ ਕਿਉਂ ਜਾਂਦੇ ਹੋ, ਕਿਉਂਕਿ ਉਹੀ 50-60 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਜਿਹੜਾ ਸੰਪਦਾ ਹੈ, ਉਹ ਮਾਫੀਆ ਦੇ ਰਾਹੀਂ ਪੋਲੀਟੀਸ਼ੀਅਨ ਖਾ ਰਿਹਾ, ਆਪਦੇ ਘਰ ਬਣਾ ਰਿਹਾ। ਇੱਕ ਦਿਖਾ ਮੈਨੂੰ ਜਿਹਦੇ ਘਰ ਦੇ ਉੱਤੇ 5 ਕਰੋੜ ਦਾ ਘਰ ਹੋਵੇ, 50 ਕਰੋੜ ਦਾ ਕਰਜ਼ਾ ਹੋਵੇ, ਉਹ ਘਰ ਚਲਾਉਂਦਾ ਹੋਵੇ ਭਾਂਡੇ ਵੇਚ ਕੇ। ਉਹ ਮਿੱਤਰ ਪਿਆਰੇ, 80 ਕਰੋੜ ਰੁਪਈਆ ਇੱਕ ਦਿਨ ਦਾ ਕਰਜ਼ਾ! ਸਵਾਲ ਪੁੱਛਣ ਤੋਂ ਪਹਿਲਾਂ 100 ਵਾਰ ਸੋਚੋ। ਸਿੱਧੂ ਸਾਹਿਬ, ਇਹ ਸਾਰੇ ਸਮੱਸਿਆਵਾਂ ਨੇ ਹੱਲ ਕੀ ਹੈ? ਹੱਲ 100 ਵਾਰ ਤਾਂ ਦੱਸਿਆ, ਬਣਾ ਸਟੇਟ 'ਚ ਕਾਰਪੋਰੇਸ਼ਨ। ਇੱਕ ਮਿੰਟ, ਚੀਫ ਮਿਨਿਸਟਰ ਬਣਾਊਗਾ, ਦੂਆ ਬੰਦਾ ਹੀ ਨਹੀਂ ਬਣਾ ਸਕਦਾ, ਹੋਰ ਬੰਦਾ ਹੀ ਕੋਈ ਨਹੀਂ। ਤੇ ਜੇ ਸਮੱਸਿਆ ਸੀ ਤੇ ਸਮੱਸਿਆ ਦੇ ਖਿਲਾਫ ਲੜਿਆ ਤੇ ਨਾਲ ਚੀਫ ਮਿਨਿਸਟਰ ਨੂੰ ਢਾਇਆ ਤੇ ਚੀਫ ਮਿਨਿਸਟਰ ਨੂੰ ਬਾਰ ਬਾਰ ਜਿਤਾਇਆ, ਹੋਰ ਬਾਂਸ ਤੇ ਚੜ ਜਾਈਏ? ਉਹ ਦੱਸ ਵੀ ਨਵਾਂ ਆ ਗਿਆ, ਜਿਹਨੇ ਬਣਾਉਂਦੇ ਉਹਨੂੰ ਪੁੱਛ, ਮੈਂ ਤਾਂ ਲੜਿਆ ਨਾ ਛੋਟੀ ਪਾਲਸੀ ਨਾਲ, ਛੋਟੇ ਵਰਤੀ ਵੀ ਸਹਿਮਤ। ਅੱਛਾ, ਉਹਨੂੰ ਦੇ ਕੇ ਆਏ, ਉਹਨੂੰ ਨਾਲ ਦੀ ਨਾਲ ਜਾ ਕੇ ਦੇਖਿਆ। ਮੈਂ ਕਹਿੰਦਾ ਕੋਈ ਇਹ ਤੋਂ ਡਿਨਾਈ ਕਰਦੇ, ਮੈਂ ਕਹਿੰਦਾ ਤੇਲੰਗਾਨਾ ਹੈ, ਉਹ ਬਰੋਟੇ ਤੋਂ ਤੋੜ ਕੇ ਲਿਆਉਂਦਾ, ਉੱਥੇ ਬਰੋਟਾ ਲੱਗਿਆ ਪੈ ਜਾਂਦਾ। ਇੱਕ ਮਿੰਟ, ਉੱਥੇ ਕੀ ਘੱਟ ਖਪਤ, ਘੱਟ ਸ਼ਰਾਬ ਦੀ, ਅੱਧੀ ਖਪਤ ਕਾਕਾ, ਅੱਧੀ ਖਪਤ ਸ਼ਰਾਬ ਦੀ, ਤੇ ਪੈਸੇ ਕਿੰਨੇ ਇੱਕ ਸਾਲ ਦੇ? 50,000 ਕਰੋੜ। ਭਾਈ ਉੱਥੇ, ਭਾਈ ਮੈਂ ਤਾਮਿਲਨਾਡੂ ਤੇ ਆ ਜਾਂਦਾ, ਉੱਥੇ ਤਾਂ ਨਹੀਂ ਕਾਂਗਰਸ। 50,000 ਕਰੋੜ ਰੁਪਈਆ ਸ਼ਰਾਬ 'ਚ ਇੱਕ ਸਾਲ ਦਾ, 2002 'ਚ ਅਸੀਂ 2000 ਕਮਾਉਂਦੇ ਸੀ, ਉਹ ਵੀ 2000 ਕਮਾਉਂਦੇ ਸੀ, ਸਾਡੀ ਖਪਤ ਡਬਲ, ਉਹ ਕਿੱਥੋਂ ਪੱਟ ਕੇ ਲਿਆਉਂਦੇ ਆ? ਪੇੜ ਲੈ ਪੋਲਿਸੀ ਆ ਨਾ, ਉਹ ਤਾਂ ਠੀਕ, ਬਸ ਇੰਨਾ ਹੀ ਵੈਬ ਠੀਕ ਹੈ ਨਾ, ਹੁਣ ਜਾ ਕੇ ਘਰੇ ਸੌਂ ਜਾ, ਠੀਕ ਹੈ, ਉਹ ਤਾਂ ਠੀਕ ਹੈ, ਬਸ ਠੀਕ, ਬਸ ਚੁੱਪ ਹੁਣ, ਠੀਕ ਹੈ ਹੁਣ ਸੁਣ। ਸਮਾਉਂਦੇ ਆ, ਤੁਸੀਂ ਬਣਾਓ ਕਾਰਪੋਰੇਸ਼ਨ, ਤੁਸੀਂ ਕਹਿ ਕੇ ਆਏ ਸੀ ਅਸੀਂ ਕਾਰਪੋਰੇਸ਼ਨ ਬਣਾਓ, ਘਰ ਭਰਨ ਨੂੰ ਬੜੇ ਸੌਖੇ ਹੈ, ਠੀਕ ਹੈ, ਤੁਸੀਂ ਕਹਿ ਕੇ ਆਏ ਸੀ PPA ਰੱਦ ਕਰਾਂ, ਤੁਸੀਂ ਕਹਿ ਕੇ ਆਏ ਸੀ ਅਮਨ ਅਮਾਨ ਸ਼ਾਂਤੀ, ਲੱਭਦੀ ਨਹੀਂ ਉਹੋ ਜਿਹੀ ਭ੍ਰਾਂਤੀ ਨਹੀਂ ਦੇਖੀ, ਹੈਂਜੀ, ਤੁਸੀਂ ਕਹਿ ਕੇ ਆਏ ਸੀਗੇ ਕਾਰਪੋਰੇਸ਼ਨ, ਲਿਕਰ ਕਾਰਪੋਰੇਸ਼ਨ ਬਣਾਈ, ਸਮਗਲਿੰਗ, ਐਕਸਾਈਜ਼ ਦੀ ਚੋਰੀ, ਜਾਲੀ ਸ਼ਰਾਬ, ਕਿੰਨੀ ਨੌਕਰੀ ਦਿੰਦਾ ਤਾਮਿਲਨਾਡੂ? 40,000, 300 ਕਰੋੜ ਰੁਪਈਆ ਹਰ ਸਾਲ। ਜਦੋਂ ਤੁਸੀਂ 50,000 ਕਰੋੜ ਕਮਾਓਗੇ ਤੇ 300 ਕਰੋੜ ਦੇਣਾ ਕੀ ਔਖਾ? ਤੁਹਾਡੀ ਸਾਰੀ ਕਮਾਈ ਟੋਟਲ ਸਾਲ ਦੀ 50,000 ਕਰੋੜ, ਉਹਨਾਂ ਦੀ ਸਾਰੇ ਸਾਲ ਦੀ ਕਮਾਈ 2,38,000 ਕਰੋੜ। ਫਿਰ ਇਹ ਜਿਹੜੀ ਕਮਾਈ ਹੈ ਮਿੱਤਰ ਪਿਆਰੇ, ਇਹ ਸੈਂਟਰ ਦੀ ਸਕੀਮ 'ਚ ਡਬਲ, ਤੁਸੀਂ ਕਰਜ਼ੇ ਚੁੱਕਦੇ ਹੋ, ਤੁਸੀਂ ਇਹਨੂੰ ਡਬਲ ਕਰਨ ਦੀ ਬਜਾਏ ਖਾ ਜਾਂਦੇ ਹੋ ਤੇ ਕਰਜ਼ੇ ਚੁੱਕ ਕੇ ਉਹਦੇ 'ਤੇ ਸੂਦ ਡਬਲ ਕਰ ਦਿੰਦੇ ਹੋ। ਇਹ ਕਿਹੜੀ ਇਕੋਨਮੀ ਆ ਓਏ? ਦੋ ਚੀਜ਼ਾਂ
ਇੱਕ ਨੀਤੀਗਤ ਲੜਾਈ, ਦੂਜੀ ਇਕਨੋਮੀ। ਕੋਈ ਖੜਕ ਨਹੀਂ ਸਕਦਾ, ਕੋਈ ਦਰਦ ਨਹੀਂ ਸਕਦਾ ਇਹ 'ਤੇ। ਬਾਕੀ ਗਾਲਾਂ ਕੋਈ ਕੱਢੀ ਜਾਵੇ, ਉਹ ਜੀ ਐਂ ਹੋ ਗਿਆ, ਉਹ ਤੁਹਾਡੇ ਬਾਰੇ ਜੀ ਐਂ ਕਹਿ, ਮੇਰੇ ਬਾਰੇ ਐਂ ਕਹਿਣ ਨਾਲ ਕੀ ਹੋ ਜੂਗਾ? ਮੈਂ ਨਵਜੋਤ ਸਿੰਘ ਸਿੱਧੂ ਦਾ ਕੋਈ ਬਦਲ ਜੂਗਾ? ਕੁਛ ਨਹੀਂ ਹੁੰਦਾ। ਇਹ ਨਿੱਜੀ ਲੜਾਈ ਨਹੀਂ ਹੈ, ਇੱਟਾਂ ਮਾਰਨ ਵਾਲੀ ਲੜਾਈ ਨਹੀਂ, ਬੁਲਟ ਦੀ ਲੜਾਈ ਨਹੀਂ, ਬੈਲਟ ਦੀ ਹੈ। ਇੱਥੇ ਤਾਂ ਬੈਲਟ ਦਾ ਨਹੀਂ ਪਤਾ ਲੱਗਦਾ ਸਹੀ ਹੈ ਗਲਤ ਹੈ। ਨਾ ਤਾਂ ਕੋਈ ਅਹੁਦਾ ਹੈ, ਨਾ ਕੋਈ ਚਾਹੀਦਾ। ਇੱਕ ਚੀਜ਼ ਚਾਹੀਦੀ ਹੈ ਵੀ ਪੰਜਾਬ ਦੇ ਲੋਕ ਚੰਨ ਇੱਕ ਨੈਰੇਟਿਵ 'ਤੇ ਪਹਿਰਾ ਦੇਣ, ਔਰ ਜਦੋਂ ਨੈਰੇਟਿਵ 'ਤੇ ਪਹਿਰਾ ਦੇਣਗੇ, ਨੀਤੀਗਤ ਰਾਜਨੀਤੀ ਨੂੰ ਅੱਗੇ ਲਿਆਉਣ, ਅਤੇ ਫਿਰ ਇਹ ਦੇਖ ਲੈਣ ਵੀ ਉਹਨੂੰ ਲਾਗੂ ਕੌਣ ਕਰੂ। ਆਹ ਦੇਖ ਲਿਆ ਭਗਵੰਤ ਨੂੰ, ਅਤੇ ਪੱਟੂ ਲੱਭਦਾ ਹੀ ਨਹੀਂ। ਇਹ ਵੀ ਨਹੀਂ ਦੱਸਦਾ ਵੀ 6 ਲੱਖ ਵਾਲੇ ਪਲੇਨ ਦੇ ਪੈਸੇ ਕਿੰਨੇ ਲੱਗੇ, ਇਹ ਤਾਂ ਉਹ ਤੋਂ ਵੀ ਭੱਜ ਲਏ। ਪਾਂ ਪਾਂ ਕਹਿੰਦਾ ਜੀ ਦੋ ਘੰਟੇ ਲਾ ਦੇ ਪੰਜਾਬ ਨੂੰ ਇੱਧਰੋਂ ਉੱਧਰ ਜਾਂਦੇ, ਅਤੇ ਬੰਦੇ ਚਾਰ ਨਾ ਮੁੱਖ ਮੰਤਰੀ ਕੋਈ ਪਸੰਦ ਆ? ਨਾ ਨਾ ਨਹੀਂ ਨਹੀਂ ਮੈਂ ਕਹਿੰਦਾ ਮੈਨੂੰ ਪ੍ਰਤਾਪ ਸਿੰਘ ਕੈਰੋਂ ਪਸੰਦ ਹੈ, ਟਕਾ ਕੇ ਮੈਨੂੰ ਕਿਹਾ ਸੀ, ਮੈਂ ਕਿਹਾ ਤੂੰ ਪੈਰ ਵਰਗਾ ਹੋ ਕੇ ਦਿਖਾ, ਕੋਈ ਹੋ ਪਹਾੜਾ ਡੈਮ ਦਾ ਪਿੱਲਰ ਪਾ ਕੇ ਦਿਖਾ। ਮੈਂ ਹਮੇਸ਼ਾ ਕਹਿੰਦਾ ਕਿ ਜਿਹੜੇ ਪਹਿਲਾਂ ਆਜ਼ਾਦੀ ਦੀ ਲੜਾਈ ਲੜਨ ਵਾਲੇ ਪੋਲੀਟੀਸ਼ੀਅਨ ਸੀ, ਉਹਨਾਂ ਕੋਲ ਕਿਰਦਾਰ ਸੀ, ਉਹਨਾਂ 'ਤੇ ਭਰੋਸਾ ਸੀ। ਅਗਲੇ ਤਿਆਗ ਕੇ ਆਏ ਸੀ ਸਾਰਾ ਕੁਛ, ਕਰੋੜਾਂ ਰੁਪਇਆਂ ਦੀ ਜਾਇਦਾਦ ਛੱਡ ਕੇ ਆਏ ਸੀ, ਦਾਨ ਦੇ ਕੇ ਆਏ ਸੀ, ਜਾਨਾਂ ਵਾਰ ਗਏ। ਲੋਕ ਭਰੋਸਾ ਕਰਦੇ ਆ, ਫੋਟੋਆਂ ਲਾਈਆਂ ਹੋਈਆਂ। ਹਾਂਜੀ, ਅਤੇ ਦੱਸੋ ਕਿਹੜਾ ਇਮਾਨਦਾਰ, ਦੱਸੋ ਨਾ ਧੰਦਾ। ਦੇਖੋ ਨਾ, ਰਾਜਨੀਤੀ ਜੇ ਸੇਵਾ ਰਹੂ ਤਾਂ ਸਾਰੀ ਦੁਨੀਆ ਪੂਜੂ, ਅਤੇ ਰਾਜਨੀਤੀ ਜੇ 10% ਸੇਵਾ ਅਤੇ 90% ਉਹਦੀ ਆੜ 'ਚ ਮੇਵਾ ਹੈ ਤਾਂ ਲੋਕ ਠੋਕ ਦੇਣਗੇ, ਬਦਲ ਦੇਣਗੇ। ਕਹਿਣਾ ਸੇਵਾ ਅਤੇ ਖਾਣਾ ਮੇਵਾ। ਜੇ ਅਸੀਂ ਵਿਸ਼ਵਾਸ ਤੋੜਿਆ ਹੋਵੇ ਤਾਂ 10 ਮਿੱਤਰ ਪਿਆਰੇ 20 ਸਾਲ 'ਚ ਕੋਈ ਉਂਗਲ ਚੁੱਕ ਕੇ ਦਿਖਾ। ਇਹ ਕਹਿਣ ਦੇ ਲਈ ਜ਼ੁਰਤ ਚਾਹੀਦੀ ਹੈ, ਇਹ ਰਜਾਈ 'ਚ ਉੱਠ ਕੇ ਨਹੀਂ ਬੋਲਿਆ ਜਾਂਦਾ, ਇਹ ਕਿਰਦਾਰ ਨਾਲ ਬੋਲਿਆ ਜਾਂਦਾ। ਅਗਲੇ ਪਰਾਏ ਪੁੱਤ ਠੋਕ ਦਿੰਦੇ ਅੰਦਰ ਪੱਟ ਜੇ ਗਲਤ ਹੋਵੇ, ਅਤੇ ਜੇ ਕਿਸੇ ਨੇ 4 ਪੈਸੇ ਗਲਤ ਤਰੀਕੇ ਨਾਲ ਕਮਾਏ ਹੋਣ ਨਾ, ਪੁੱਠਾ ਟੰਗ ਦਿੰਦੇ ਆ, ਅਤੇ ਪੱਟੇ 'ਤੇ ਲਿਖਿਆ ਹੁੰਦਾ ਆਣ ਮਿਲੋ ਸੱਜਣਾ, ਹੈ ਨਾ। ਸੋ ਇਸ ਕਰਕੇ ਇਹ ਜਿਹੜੀ ਜੋ ਕੁਛ ਹੋ ਰਿਹਾ, ਆਉਣ ਵਾਲਾ ਸਮਾਂ ਗਵਾਹੀ ਦਊਗਾ। ਮੇਰੇ ਖਿਲਾਫ ਜਿੰਨਾ ਮਰਜ਼ੀ ਬੋਲੋ, ਫਿਰ ਨਾ ਕਹਿਣਾ ਸਿੱਧੂ ਨੇ ਸ਼ੇਰ ਨਹੀਂ ਸੁਣਾਇਆ, ਫਿਰ ਸੁਣਾਈ ਦਿੰਦਾ ਹੈਂ, ਹਸਾ ਹਸੂ ਕਿਸੇ ਨੇ ਸ਼ੇਰ ਨਾ ਸੁਣਾਇਆ, ਫਿਰ ਨਾ ਕਹਿੰਦਾ ਆਪਣੇ ਖਿਲਾਫ। ਭਾਜੀ ਬਸ ਸੁਣ, ਆਪਣੇ ਖਿਲਾਫ ਬਾਤੇਂ ਮੈਂ ਅਕਸਰ ਖਾਮੋਸ਼ੀ ਮੈਂ ਸੁਣ ਲੇਤਾ ਹੂੰ, ਜਵਾਬ ਦੇਣੇ ਕਾ ਹਿਸਾਬ ਮੈਨੇ ਵਕਤ ਕੋ ਦੇ ਰੱਖਾ। ਐਂਡਿੰਗ ਦੇਖੋ, ਮੈਂ ਕਿਹਾ ਟਾੜੀ ਤੋਂ ਘੋਟਾ ਟਾ ਤੋੜ ਕੇ।